ਅਸੀਂ ਜਿਹੜੇ ਸਾਡੇ ਮਾਣਯੋਗ ਡੀ ਜੀ ਪੀ ਸਾਹਿਬ ਗੁਰਪ੍ਰੀਤ ਦਿਓ ਜੀ ਡਾਇਰੈਕਟਰ ਦੇ ਮੁਤਾਬਕ ਸਾਡੇ ਏ ਜੀ ਸਾਹਿਬ ਸ਼ਹਿਦੀ ਸ਼ਰਮਾ ਜੀ ਅਤੇ ਰਹਿਨਮਾਈ ਦੇ ਵਿੱਚ ਸਾਡੇ ਇੰਸਪੈਕਟਰ ਸਾਹਿਬ ਹੈ ਹਰਬੰਸ ਸਿੰਘ ਨੇ ਦੋ ਬੰਦੇ ਕੱਲ੍ਹ ਫੜੇ ਹੈਗੇ ਆ ਜਿਹਦੇ ਵਿੱਚ ਇੱਕ ਨਾਂ ਸੰਦੀਪ ਸਿੰਘ ਸੋਨੀਆ ਇੱਕ ਹਰਜਿੰਦਰ ਸਿੰਘ ਆ ਜਿਹੜਾ ਮੈਂ ਦੱਸਵਾਂ ਤੁਹਾਨੂੰ ਜੋ ਸੰਦੀਪ ਹੈ ਇਹਨੇ ਮਖੈਲਿੰਗ ਇੰਜੀਨੀਅਰ ਦਾ ਡਿਪਲੋਮਾ ਕੀਤਾ ਪਿਆ ਜਿਹੜਾ ਹਰਜਿੰਦਰ ਹੈ ਇਹਦੀ ਸਪੇਅਰ ਪਾਰਟੀ ਦੀ ਕਾਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈ ਸਮਾਨ ਲਿਆ ਕੇ ਇਹਨੂੰ ਦੇਖਦਾ ਸੀ ਹਰਜਿੰਦਰ ਨੂੰ ਹਰਜਿੰਦਰ ਕਹਾਂ ਸਪਲਾਈ ਕਰਦਾ ਸੀ ਜਿਹਨਾਂ ਦੇ ਕੋਲੋਂ ਅਸੀਂ 4 ਕਿਲੋ 250 ਗ੍ਰਾਮ ਅਫੀਮ ਬਰਾਮਦ ਕੀਤੀ ਹੈ ਅਤੇ ਵਰਨਾ ਕਾਰ 'ਚ ਜਿਹੜੇ ਕਿਲ ਗਾਰਡਨ ਦੇ ਕੋਲ ਅਸੀਂ ਰੋਕ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਸਾਨੂੰ ਵਿਚਾਰ 250 ਗ੍ਰਾਮ ਅਸੀਂ ਅਫੀਮ ਬਰਾਮਦ ਕੀਤੀ ਹੈ ਅਤੇ ਤੁਹਾਨੂੰ ਦੱਸਣ ਯੋਗ ਹੈ ਕਿ ਸੰਦੀਪ ਦਾ ਜਿਹੜਾ ਭਰਾ ਹੈਗਾ ਉਹ ਵੀ ਬਿਹਾਰ ਜੇਲ੍ਹ ਦੇ ਵਿੱਚ ਇੰਡੀਵਿਜੁਅਲ ਦੇ ਵਿੱਚ ਬੰਦ ਹੈ ਔਰ ਇਹਦਾ ਫਾਦਰ ਹੈ ਦੋ ਵਾਰੀ ਇੰਡੀਵਿਜੁਅਲ ਦੇ ਵਿੱਚ ਜੇਲ੍ਹ ਕੱਟ ਕੇ ਆ ਚੁੱਕਾ ਹੈ ਤਾਂ ਫਰਦਰ ਸਾਰੀ ਇਨਵੈਸਟਿੰਗ ਜਾਰੀ ਹੈਗੀ ਵੀ ਗਾਹਾਂ ਜੋ ਵੀ ਗਾਹਾਂ ਕਿਤੋਂ ਲੈ ਕੇ ਆਉਂਦੇ ਕਿਤੇ ਸਪਲਾਈ ਕਰਦੇ ਸੀਗੇ ਜਿਹੜੇ ਵਿੱਚ ਹੋਣਗੇ ਉਹਨਾਂ ਦੇ ਅਗੇਂਸਟ ਵੀ ਕਰ ਦਿੱਤੇ ਸਰ ਆਪ ਹੀ ਨਸ਼ਾ ਕਰਦੇ ਇਹ ਪੁੱਛ ਕੇ ਦੇਖਾਂ ਕੀ ਗੱਲਬਾਤ ਹੈਗੀ ਹੈ ਜਿਹੜਾ ਹਰਜਿੰਦਰ ਸਿੰਘ ਹੈ ਉਹਦਾ ਪਤਾ ਵੀ ਨਸ਼ਾ ਕਰਦਾ ਹੈਗਾ ਸੰਦੀਪ ਬਾਰੇ ਹਜੇ ਕੋਈ ਪਤਾ ਨਹੀਂ ਹੈ